ਤੁਹਾਨੂੰ ਪਤਾ ਕਿ ਜਿੰਨੇ ਵੀ ਜਹਾਜ਼ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਟਾਇਲਟਸ ਹੁੰਦੀਆਂ ਉਹਨਾਂ ਦਾ ਜਦੋਂ ਆਪਾਂ ਫਲੱਸ਼ ਵਾਲਾ ਬਟਨ ਲੱਪੀਦਾ ਤਾਂ ਬਹੁਤ ਆਵਾਜ਼ ਆਉਂਦੀ ਆ। ਪਰ ਕਿਉਂ, ਜੇਕਰ ਇਹਦੇ ਬਾਰੇ ਗੱਲ ਕਰੀਏ ਨਾ ਤਾਂ ਜਿੰਨੇ ਵੀ ਐਰੋਪਲੇਨ ਹੁੰਦੇ ਆ ਇਹਨਾਂ ਦੇ ਵਿੱਚ ਵੈਕਿਊਮ ਟੈਕਨੋਲੋਜੀ ਦਾ ਯੂਜ਼ ਕੀਤਾ ਜਾਂਦਾ ਵੇਸਟ ਨੂੰ ਫਲੱਸ਼ ਕਰਨ ਦੇ ਲਈ, ਤਾਂ ਕਿ ਘੱਟ ਤੋਂ ਘੱਟ ਪਾਣੀ ਦਾ ਇਸਤੇਮਾਲ ਕਰਕੇ ਇਹਨਾਂ ਟਾਇਲਟਸ ਨੂੰ ਕਲੀਨ ਕੀਤਾ ਜਾ ਸਕੇ। ਅਤੇ ਜਦੋਂ ਹੀ ਆਪਾਂ ਫਲੱਸ਼ ਵਾਲਾ ਬਟਨ ਨੱਪਦੇ ਹਾਂ ਤਾਂ ਜਿਹੜਾ ਇਹ ਸਕਸ਼ਨ ਦਾ ਪ੍ਰੋਸੈਸ ਹੁੰਦਾ 300 ਮੀਲ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਇਹ ਸਾਰਾ ਕੁਝ ਅੰਦਰ ਖਿੱਚ ਲੈਂਦਾ ਅਤੇ ਫਿਰ ਥੋੜ੍ਹੇ ਕੁ ਪਾਣੀ ਦਾ ਇਸਤੇਮਾਲ ਕਰਕੇ ਉਹਨਾਂ ਟਾਇਲਟਸ ਨੂੰ ਕਲੀਨ ਕਰ ਦਿੰਦਾ। ਤਾਂ ਇੰਨੀ ਜ਼ਿਆਦਾ ਸਪੀਡ ਦੇ ਨਾਲ ਜਦੋਂ ਇਹ ਸਾਰਾ ਪ੍ਰੋਸੈਸ ਹੁੰਦਾ ਤਾਂ ਇੱਕ ਲਾਊਡ ਸਾਊਂਡ ਜਨਰੇਟ ਹੁੰਦੀ ਆ, ਜਿਹਦੇ ਕਾਰਨ ਆਪਾਂ ਨੂੰ ਐਰੋਪਲੇਨ ਦੀਆਂ ਟਾਇਲਟਸ ਦੇ ਵਿੱਚ ਇਸ ਤਰੀਕੇ ਦੀ ਆਵਾਜ਼ ਸੁਣਨ ਨੂੰ ਮਿਲਦੀ ਆ। ਅਤੇ ਇਹੀ ਬੈਸਟ ਅਤੇ ਐਫੀਸ਼ੀਐਂਟ ਵੇ ਆ ਇਹਨਾਂ ਸਾਰੇ ਜਹਾਜ਼ਾਂ ਦੇ ਵਿੱਚ ਟਾਇਲਟਸ ਨੂੰ ਕਲੀਨ ਕਰਨ ਦੇ ਲਈ, ਕਿਉਂਕਿ ਇਹਦੇ ਵਿੱਚ ਬਿਲਕੁਲ ਲਿਮਿਟਡ ਮਾਤਰਾ ਦੇ ਵਿੱਚ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ।